ਕਿਉਂਕਿ ਜਦੋਂ ਵੀ ਮੈਨੂੰ ਉਹ ਕੁਝ ਕਹਿਣਾ ਸਿੱਖਿਆ ਰੱਬ ਤੋਂ ਵੀ ਪਹਿਲਾਂ ਮੈਂ ਤਾਂ ਮਾਂ ਕਹਿਣਾ ਸਿੱਖਿਆ। ਇੱਕ ਸੰਤਾਨ ਸਭ ਪਹਿਲੇ ਮਾਂ ਉਚਾਰਨ ਕਰਦੀ ਹੈ, ਮਾਂ ਕੀ ਕਰਨੀ ਕੋਈ ਸਭਾ ਜਿਸ ਤਰ੍ਹਾਂ ਸੁਭਾਨੀ ਬਿਲਡਿੰਗ ਜਲੰਧਰ ਕੇ ਅੰਦਰ ਵੀ ਕਈ ਸਭਾਓਂ ਸੇ ਹਮਾਰੇ ਭਈਆ ਜੁੜੇ ਹੋਏ ਹੈ, ਤੋ ਅਲੱਗ ਅਲੱਗ ਸੰਸਥਾਓਂ ਸੇ ਵੀ ਯਹਾਂ ਪਰ ਸਭੀ ਇਸ ਸਭਾ ਕੇ ਅੰਦਰ ਉਨਕੇ ਸਾਥ ਇਸ ਦੁੱਖ ਕੇ ਅੰਦਰ ਸਮਿਲਿਤ ਹੋਣੇ ਕੇ ਲਈ ਆਏ ਹੈ। ਅਬ ਮੈਂ ਸ਼੍ਰੀ ਪ੍ਰੇਮ ਕਿਸ਼ਨ ਜੀ ਬੱਸੀ ਸੈਕਟਰੀ, ਅੱਜ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸ਼੍ਰੀ ਅਨਿਲ ਨਈਅਰ ਜੀ ਦੇ ਮਾਤਾ ਜੀ ਚੰਦ ਰਾਣੀ ਨਈਅਰ ਜੀ ਨੂੰ ਅਸੀਂ ਅੱਜ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਸਾਰੇ ਇਕੱਠੇ ਹੋਏ ਹਾਂ। ਇਹ ਸਮਾਂ ਐਸਾ ਹੈ ਕਿ ਕਿੰਨੇ ਕੁ ਸਾਡੇ ਨਾਲ ਸਹਿਯੋਗ ਕਰਨੇ ਵਾਲੇ, ਕਿੰਨੇ ਕੁ ਸਾਡੇ ਹਮਦਰਦ, ਉਹ ਸਾਰੇ ਆ ਕੇ ਉਸ ਮਾਲਕ ਦਾ ਭਾਣਾ ਮੰਨਣ ਦੇ ਲਈ ਸਾਰੇ ਅਰਦਾਸ ਕਰਦੇ ਹਾਂ ਅਤੇ ਇਸ ਪਰਿਵਾਰ ਦੇ ਨਾਲ ਖੜ੍ਹੇ ਹੋ ਕੇ ਇਹਨਾਂ ਦਾ ਸਾਥ ਦਿੰਦੇ ਹਾਂ, ਇਹਨਾਂ ਨੂੰ ਹੌਸਲਾ ਦਿੰਦੇ ਹਾਂ। ਮਾਤਾ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਜਿਹੜੀ ਮਾਤਾ ਛੋਟੇ ਬੱਚੇ ਨੂੰ ਜਨਮ ਤੋਂ ਲੈ ਕੇ ਬੁੱਢੇ ਹੋਣ ਤੱਕ ਪੂਰੇ ਪਿਆਰ ਦੇ ਨਾਲ ਪਿਆਰ ਦਿੰਦੀ ਹੈ, ਦੁਲਾਰ ਦਿੰਦੀ ਹੈ, ਉਸਦਾ ਵਿਛੋੜਾ ਤਾਂ ਉਹਨਾਂ ਦੇ ਬੱਚਿਆਂ ਤੋਂ ਹੀ ਪਤਾ ਲੱਗ ਸਕਦਾ ਕਿ ਕਿੰਨਾ ਮੁਸ਼ਕਲ ਹੁੰਦਾ ਇਹ ਸਮਾਂ। ਅਨਿਲ ਨਈਅਰ ਜੀ ਔਰ ਉਹਨਾਂ ਦੀ ਵਾਈਫ ਸਵਾਮੀ ਜੀ ਆਦਰਨੀ ਪੰਡਿਤ ਜੀ ਸਾਹਮਣੇ ਬੈਠੇ ਮੇਰੇ ਵੀਰੋ ਅਤੇ ਭੈਣਾਂ, ਅੱਜ ਸਾਡੇ ਵੀਰ ਅਨਿਲ ਨਈਅਰ ਜੀ ਦੇ ਮਾਤਾ ਜੀ ਚਾਂਦ ਰਾਣੀ ਜੀ ਜਿਨ੍ਹਾਂ ਦੇ ਅਚਾਨਕ ਸਾਡੇ ਵਿੱਚੋਂ ਚਲੇ ਜਾਣ 'ਤੇ ਅੱਜ ਇਹ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਔਰ ਇਹ ਦੇਖ ਕੇ ਇੱਕ ਗੱਲ ਬੜੀ ਚੰਗੀ ਤਰ੍ਹਾਂ ਸਿੱਧ ਹੁੰਦੀ ਹੈ ਕਿ ਐਡੀ ਭਾਰੀ ਬਰਸਾਤ ਬਾਹਰ ਹੁੰਦੀ ਹੋਵੇ, ਲਗਾਤਾਰ ਮੀਂਹ ਪੈਂਦਾ ਪਿਆ ਹੋਵੇ ਅਤੇ ਉਸ ਮੀਂਹ ਦੇ ਵਿੱਚ ਵੀ ਇਹ ਹਾਲ ਲਗਭਗ ਫੁੱਲ ਹੋ ਜਾਵੇ,
ਤੇ ਇਹ ਮੈਂ ਸਮਝਦਾ ਕਿ ਸਾਡੇ ਮਾਤਾ ਜੀ ਦੇ ਜੋ ਇਹਨਾਂ ਨੂੰ ਸੰਸਕਾਰ ਦਿੱਤੇ ਸੀ ਨਈਅਰ ਪਰਿਵਾਰ ਨੂੰ, ਉਹਨਾਂ ਸੰਸਕਾਰਾਂ ਦੇ ਨਾਲ ਇਹਨਾਂ ਨੇ ਆਪਣੇ ਵਿਕਾਰ ਦੇ ਵਿੱਚ, ਆਪਣੇ ਵਿਵਹਾਰ ਦੇ ਵਿੱਚ ਐਸੀ ਲਿਆਕਤ ਲਾਉਂਦੀ ਕਿ ਲੋਕਾਂ ਦੇ ਨਾਲ ਐਸਾ ਭਾਈਚਾਰਾ ਕਾਇਮ ਕੀਤਾ ਕਿ ਅੱਜ ਐਡੇ ਮੀਂਹ ਦੇ ਵਿੱਚ ਵੀ ਲੋਕ ਹੁੰਮ ਕੇ ਇਹਨਾਂ ਦੇ ਨਾਲ ਪਿਆਰ ਦੇ ਨਾਲ ਬੰਨੇ ਹੋਏ ਸਾਰੇ ਲੋਕ ਇੱਥੇ ਪਹੁੰਚੇ ਨੇ। ਮੈਂ ਜਿੱਥੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਐਡੇ ਭਾਰੀ ਪ੍ਰਸਾਦ ਦੇ ਵਿੱਚ ਇਹ ਭਾਣੇ ਨੂੰ ਸਹਿਣ ਸ਼ਕਤੀ ਦੇਣ, ਕਿਸੇ ਤਰ੍ਹਾਂ ਵੀ ਇਹ ਇਸ ਨੂੰ ਸਹਿਣ ਕਰ ਸਕਦੇ ਹੋਣ। ਪਰਮਾਤਮਾ ਐਸਾ ਇਹਨਾਂ ਨੂੰ ਬਲ ਦੇਵੇ, ਐਸੀ ਸ਼ਕਤੀ ਦੇਵੇ ਜਿਹਦੇ ਨਾਲ ਇਹ ਮੁੜ ਆਪਣੇ ਸਾਰੇ ਕੰਮਾਂ ਨੂੰ ਰੂਟੀਨ 'ਚ ਕਰ ਸਕਣ। ਧੰਨਵਾਦ, ਜੈ ਹਿੰਦ। ਇੱਕ ਹੋਰ ਸ਼ੁਕਰਾਨ ਨਾਰਾਇਣ ਨਾਰਾਇਣ ਭਜਮਨ ਨਾਰਾਇਣ 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 ਭਗਵਾਨ ਕਹਿਣ ਲਈ ਕਿ ਹੇ ਗਰੁੜ ਪ੍ਰਾਣੀ ਕੇ ਮਰਨੇ ਕੇ ਉਪਰੰਤ ਜੋ ਵੀ ਇਸਕੇ ਪੁੱਤਰ ਕਾ ਕਰਤਵਯ ਹੈ, ਮਹਾਤਮ ਕੇ ਸੋਨਾ ਦਿਹਾਓ ਮੈਂ ਇਸਕਾ ਸਾਰ ਮੈਨੇ ਆਪਕੇ ਸਾਹਮਣੇ ਕਹਾ। ਇਹ ਪ੍ਰਲੋਕ ਕੇ ਲਈ ਕਿਹਾ ਗਿਆ ਕਰਮ ਪਿਤਰੋ ਕੋ ਮੁਕਤੀ ਦੇਣੇ ਵਾਲਾ ਹੈ, ਕਰਨੇ ਵਾਲੇ ਪੁੱਤਰ ਕੋ ਮਨ ਚਾਹ ਫਲ ਦੇਣੇ ਵਾਲਾ ਹੈ। ਜੋ ਨਾਸਿਕ ਇਨਸਾਨ ਕਰਮ ਕੋ ਨਹੀਂ ਕਰਤੇ ਉਨਕੇ ਘਰ ਕਾ ਜਲ ਵੀ ਨਹੀਂ ਪੀਣਾ ਚਾਹੀਏ, ਨਾ ਉਸ ਘਰ ਕੀ ਰਦੀਵਤਾ ਦੇਖਤੇ ਹੈ, ਨਾ ਪਿਤਰ ਦੇਖਤੇ ਹੈ। ਪਿਤਰੋਂ ਕੇ ਪ੍ਰਕੋਪ ਸੇ ਪ੍ਰਾਣੀ ਦਰਿਦਰ ਅਵਸਥਾ ਕੋ ਪ੍ਰਾਪਤ ਕਰਤਾ ਹੈ। ਪ੍ਰੇਤ ਕੀ ਕਿਰਿਆ ਨਹੀਂ ਕਰਾਨੇ ਵਾਲਾ ਚਾਹੇ ਬ੍ਰਹਮਨ ਪੂਰਨਾਤ ਪੂਰਨ ਦਛਦੀ ਪੂਰਨ ਸੇ ਪੂਰਨਾਦਾਇ ਪੂਰਨਮੇਵਾ ਵਸਿਸ਼ਯਤੇ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਦਾਸ ਜਨੋ ਕੇ ਅਵਗੁਣ ਕਣ ਮੇ ਦੂਰ ਕਰੇ, ਸ਼੍ਰੀ ਰਾਮ ਜੈ।
ਵਸੀ ਇੱਕ ਕੌੜੀ ਨਾਨਾ अचानक टूट जाएगा है जीवन कांच का बाजा अचानक टूट जाएगा और समय की एक महात्म के 6 अध्यायों में नरक का वर्णन है। जो इंसान कर्म करता है कर्म के द्वारा ही उसे फल की प्राप्ति होती है कि कर्म प्रधान विश्व रचि राखा जो जस करे ही सो तस फल चाखा। किए कर्मों का फल तो पाना पड़ेगा और कर ले उपाय चाहे जितने ठेलवे बुझ जाना दीवा जदों मुक जाना तेलवे दीवे दिलों वांगू
ਤੇ ਲੰਘ ਜਾਣੀ ਰੇ ਲਵੇ ਦੀਵੇ ਦੀ ਲੋ ਵਾਂਗੂ ਜ਼ਿੰਦਗੀ ਦਾ ਖੇਲਵੇ ਬੁਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲਵੇ ਅੱਜ ਸਮਾਹ ਕੇ ਨਿਮਿਤ ਆਪ ਸਭੀ ਯਹਾਂ ਪਰ ਆਪਣੇ ਆਪਣੇ ਅਤੇ ਪ੍ਰਭਿਤਾ ਪਰਮਾਤਮਾ ਕੇ ਸ਼੍ਰੀ ਚਰਨੋਂ ਮੇਂ ਜਾ ਕਰਕੇ ਵਿਰਾਜੇ ਹੈਂ। ਕਹਿੰਦੇ ਮਾਂ ਸ਼ਬਦ ਕਹਿਣੇ ਮੇਂ ਬਹੁਤ ਛੋਟਾ ਹੈ ਲੇਕਿਨ ਹੈ ਬਹੁਤ ਬੜਾ। ਸ਼ਾਸਤਰ ਵਰਣਨ ਕਰ ਰਹੇ ਕਿ ਮਾਤਰੀ ਦੇਵੋ ਭਵ ਸਬਸੇ ਪਹਿਲਾ ਗੁਰੂ ਕੌਣ ਹੈ ਇਨਸਾਨ ਕੀ ਮਾਂ ਜੋ ਜਨਮ ਕੋ ਭਰਿਆ ਮਾਂ ਦਾ ਯਾਰ ਬੋਲ ਹੁੰਦਾ ਗੁੱਸੇ ਵਿੱਚ ਮਾਂ ਕੋਈ ਗੱਲ ਆਖੇ ਤਾਂ ਭਰਿਆ ਮਾਂ ਦਾ ਯਾਰ ਬੋਲ ਹੁੰਦਾ ਕਿਉਂਕਿ ਪੀਪਲ ਸੇ ਬੜ ਕਰਕੇ ਕੋਈ ਛਾਂ ਨਹੀਂ ਹੋਤੀ ਵਹਿ ਜਿਸਮ ਹੈ ਮੁਰਦਾ ਜਿਸਮੇ ਜਾਨ ਨਹੀਂ ਹੋਤੀ ਯੂੰ ਤੋ ਹੈ ਮਾਂ ਜੈਸੇ ਕਈ ਰਿਸ਼ਤੇ ਪਰ ਆਪਣੀ ਮਾਂ ਜੈਸੀ ਕੋਈ ਮਾਂ ਨਹੀਂ ਹੋਤੀ ਮਾਵਾਂ ਦਾ ਤੇ ਅਜਬ ਰੁਤਬਾ ਜਹਾਨ ਦੇ ਕਿ ਮਾਵਾਂ ਦਾ ਤੇ ਅਜਬ ਰੁਤਬਾ ਜਹਾਨ ਤੇ ਕਰਦੀਆਂ ਨੇ ਠੰਡੀ ਠੰਡੀ ਛਾਂ ਸੰਤਾਨ ਤੇ ਅੱਜ ਸੰਤਾਨ ਬੇਟੇ ਮਾਂ ਕੋ ਯਾਦ ਕਰ ਰਹੇ ਹੈ ਕਿ ਮਾਂ ਤੇਰੀ ਕਰਨੀ ਕੋ ਹਮ ਭੁਲਾ ਨਹੀਂ ਸਕਤੇ ਤੇਰੇ ਕਰਜ ਕੋ ਹਮ ਚੁਕਾ ਨਹੀਂ ਸਕਤੇ ਤੇਰੇ ਅਹਿਸਾਨ ਕਾ ਕਰਜ਼ਾ ਚੁਕਾਇਆ ਜਾ ਨਹੀਂ ਸਕਤਾ ਅੱਜ ਬੇਟੇ ਯਾਦ ਕਰ ਰਹੇ ਹੈ ਕਿ ਮਾਂ ਤੇਰੀ ਕਰਨੀ ਕੋ ਹਮ ਭੁਲਾ ਨਹੀਂ ਸਕਦੇ ਭੂਲੇ ਸੇ ਭੀ ਨਾ ਭੂਲੇਂਗੇ ਮਾਂ ਤੇਰਾ ਅਹਿਸਾਨ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਭੂਲੇ ਸੇ ਭੀ ਨਾ ਭੂਲੇਂਗੇ ਭੂਲੇ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਸੁਣੋ ਮੇਰੀ ਪਿਆਰੀ ਮਾਂ ਬਚਪਨ ਮੇਂ ਮਾਂ ਤੂਨੇ ਹਮਕੋ ਕਿਤਨਾ ਲਾਡ ਲੜਾਇਆ ਬਚਪਨ ਮੇਂ ਮਾਂ ਤੂਨੇ ਹਮਕੋ ਕਿਤਨਾ ਲਾਡ ਲੜਾਇਆ ਗੀਲੇ ਪਰ ਤੂੰ ਆਪੇ ਗੀਲੇ ਪਰ ਤੂੰ ਆਪੇ ਸੋਈ ਸੁਖੇ ਹਮੇ ਸੁਲਾਇਆ
शब्दों से महिमा तेरी कैसे करूं बखान, सुनो मेरी प्यारी माँ, सुनो मेरी प्यारी माँ, सुनो मेरी प्यारी सकता को तू माता गुरुओं से बढ़कर, तू माता गुरुओं से बढ़कर कहते वेद पुराण, सुनो मेरी प्यारी माँ, सुनो मेरी प्यारी माँ, सुनो मेरी प्यारी क्योंकि जदों ही मैं मुंह कुछ कहना सिखिया, जदों भी मैं मुंह कुछ कहना सिखिया रब तू भी पहला मैं ता मां कहना सिखिया। एक संतान सबसे पहले मां उच्चारण करती है, मां की करनी को कोई भुला नहीं सकता, मां के ऋण को कोई चुका नहीं सकता। अपनी वाणी को विराम देते हुए भगवान से ही प्रार्थना करते हैं कि पूज्य माता जी को अपने चरणों के अंदर स्थान देनी संदेह, इसकी संतान ने कहे अवश्य मेव सदगति को प्राप्त करता है। हमारे भैया सभा स्तर सुभानी बिल्डिंग जलंधर के अंदर भी कई सभाओं से हमारे भैया जुड़े हुए हैं, तो अलग अलग संस्थाओं से भी यहाँ पर सभी इस सभा के अंदर उनके साथ इस दुख के अंदर सम्मिलित होने के लिए आए हैं। अब मैं श्री प्रेम किशन जी बस्सी सेक्रेटरी सिल्वर, आज बहुत ही दुख की गल है कि श्री अनिल नैयर जी के माता जी चंद राणी नैयर जी नू असी अज इतने श्रद्धांजलि देने दे लई सारे इकट्ठे हुए हैं। यह समा ऐसा है कि किन्ने को साडे नाल सहयोग करने वाले किन्ने साडे हमदर्द वो सारे आके उस मालक का भाणा मनण दे लई सारे अरदास करते हैं ते इस परिवार के नाल खड़े होके इन्हों का साथ दिंदे हैं, इन्हों हौसला दिंदे हैं। माता का दुख सब तो वड्डा दुख हुंदा है, जड़ी माता छोटे बच्चे तो जन्म तो लैके बुढ़े होने तक पूरे प्यार दे नाल प्यार दिंदी है, दुलार दिंदी है, उसका पिछोड़ा तो उन्होंने बच्चों तो ही पता लग सकता कि कितना मुश्किल होंदा है। सब अनिल नैयर जी और उन्होंने वाइफ उन्होंने बच्चे असी आप देखिया है कि किस तरह रात रात जाग के उन्होंने नाल बैठ के उन्होंने हाथ पैर घुटते रहते सी। एनी सेवा अजकल के जमाने बहुत किस्मत वाले माँ बाप होंगे ने
ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਔਲਾਦ ਮਿਲਦੀ ਹੈ, ਇਹਦੀ ਸੇਵਾ ਔਰ ਇੰਨਾ ਧਿਆਨ ਰੱਖਣ ਵਾਲੀ ਔਲਾਦ ਮਿਲਦੀ ਹੈ, ਇਹ ਬਹੁਤ ਹੀ ਉਹਨਾਂ ਦੀ ਖੁਸ਼ਕਿਸਮਤੀ ਸੀ ਔਰ ਉਹਨਾਂ ਦੇ ਦਿੱਤੇ ਹੋਏ ਚੰਗੇ ਸੰਸਕਾਰ ਸੀ ਜਿਹੜੇ ਕਿ ਸ਼੍ਰੀ ਅਨਿਲ ਨਈਅਰ ਜੀ, ਉਹਨਾਂ ਦੇ ਭਾਈ ਸਾਹਿਬ ਸ਼੍ਰੀ ਮੋਤੀ ਲਾਲ ਜੀ, ਸ਼੍ਰੀ ਬਿਪਨ ਨਈਅਰ ਜੀ ਅਤੇ ਉਹਨਾਂ ਦੇ ਬੱਚੇ, ਉਹਨਾਂ ਦੀਆਂ ਵਾਈਫਸ, ਸਾਰਿਆਂ ਨੇ ਇੰਨਾ ਕੁ ਧਿਆਨ ਰੱਖਿਆ। ਈਵਨ ਅਸੀਂ ਵੀ ਜਦੋਂ ਮਾਤਾ ਜੀ ਨੂੰ ਮਿਲਦੇ ਸੀ, ਉਹਨਾਂ ਦੇ ਚਰਨ ਵੰਦਨਾ ਕਰਨੀ, ਪੈਰਾਂ ਨੂੰ ਛੋਣਾ, ਤਾਂ ਬਹੁਤ ਪਿਆਰ ਦੇ ਨਾਲ ਉਹਨਾਂ ਨੇ ਐਸੀ ਅਸੀਸ ਦੇਣੀ ਕਿ ਸਾਡਾ ਆਪਣਾ ਮਨ ਬੜਾ ਠੰਡਾ ਹੋ ਜਾਂਦਾ ਸੀ। ਸੋ ਇਹ ਮਾਤਾ ਜੀ ਬਹੁਤ ਖੁਸ਼ਕਿਸਮਤ ਸੀ ਕਿ ਐਂਡ ਤੱਕ ਆਪਣਾ ਸਾਰਾ ਉੱਠਣਾ ਬੈਠਣਾ ਢੰਗ ਨਾਲ ਇਸ ਉਮਰ ਦੇ ਵਿੱਚ ਵੀ ਠੀਕ ਨਿਪਟਾਉਂਦੇ ਰਹੇ। ਸੋ ਇਹ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸਾਡੇ ਕੋਲ ਗੁਰੂ ਜੀ ਸੰਤ ਸ਼੍ਰੀ ਗੋਬਿੰਦ ਰਾਏ ਜੀ ਜਲੰਧਰ ਤੋਂ, ਬਾਬਾ ਰੂਪਨਾਥ ਡੇਰਾ ਤੋਂ ਪਧਾਰੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਟੇਜ 'ਤੇ ਪਧਾਰੇ ਨੇ। ਇਹ ਵੀ ਇਸ ਪਰਿਵਾਰ ਨਾਲ ਸ਼ੋਕ ਪ੍ਰਸਤਾਵ ਲੈ ਕੇ ਆਏ ਨੇ ਔਰ ਬਹੁਤ ਹੀ ਅੱਛੀ ਗੱਲ ਹੈ ਕਿ ਸੰਤਾਂ ਦੇ ਚਰਨ ਵੀ ਇਹਨਾਂ ਦੇ ਇਸ ਪਵਿੱਤਰ ਥਾਂ 'ਤੇ ਪਏ। ਸੋ ਅੱਜ ਇਸ ਮੌਕੇ 'ਤੇ ਸ਼੍ਰੀ ਆਰ ਡੀ ਸ਼ਰਮਾ ਜੀ, ਸ਼੍ਰੀ ਦਰਸ਼ਨ ਲਾਲ ਲੱਡੂ ਜੀ, ਸ਼੍ਰੀ ਰਜੇਸ਼ ਗੁਪਤਾ ਜੀ, ਦਿਨੇਸ਼ ਸੋਨੂ ਜੀ ਪੰਜਾਬ ਕੇਸਰੀ ਤੋਂ, ਦੀਪਕ ਗੁਪਤਾ ਜੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਮੰਡਲ ਦੇ ਬੀਜੇਪੀ ਦੇ, ਰਤਨ ਲਾਲ ਗਰਗ ਜੀ ਮੋਜਪੁਰਾ ਸੁਪਰੀਮ ਸ਼ੋਲ ਐਸੋਸੀਏਸ਼ਨ ਤੋਂ, ਸ਼ਾਮ ਲਾਲ ਕਪੂਰ ਜੀ ਗਿਆਨ ਸਾਹਿਬ ਮੰਦਿਰ ਤੋਂ, ਪੰਡਿਤ ਦੀਪਕ ਸ਼ਰਮਾ ਜੀ ਜਿਨ੍ਹਾਂ ਤੋਂ ਤੁਸੀਂ ਹੁਣੇ ਪ੍ਰਵਚਨ ਸੁਣੇ ਨੇ, ਓਮ ਪ੍ਰਕਾਸ਼ ਜੀ ਮੋਜਪੁਰਾ ਹੋਲਸੇਲ ਸ਼ੋਲ ਐਸੋਸੀਏਸ਼ਨ ਤੋਂ, ਸ਼੍ਰੀ ਕੁਲਭੂਸ਼ਣ ਮਲਿਕ ਜੀ ਜਲੰਧਰ ਤੋਂ ਆਏ ਨੇ, ਸਨਾਤਨ ਧਰਮ ਮਹੋਤਸਵ ਕਮੇਟੀ ਤੋਂ ਏ ਸੀ ਮਿਸ਼ਰਾ ਜੀ ਸਾਈਂ ਮੰਦਿਰ ਨਿਊ ਅਮਨ ਨਗਰ ਤੋਂ, ਕੁਲਵੰਤ ਸਿੰਘ ਜੀ ਸੱਤਿਆ ਨਾਰਾਇਣ ਮੰਦਿਰ ਲਕਸ਼ਮੀ ਨਗਰ ਤੋਂ, ਕਮਲੇਸ਼ ਬੱਬਰ ਜੀ ਸਰਵ ਧਰਮ ਮੰਦਿਰ ਤੇਜ ਮੋਹਨ ਨਗਰ ਤੋਂ, ਰਮੇਸ਼ ਨਿਸ਼ਚਲ ਜੀ ਸ਼ਿਵ ਮੰਦਿਰ ਤੇਜ ਮੋਹਨ ਨਗਰ ਤੋਂ, ਡਿਪਟੀ ਕਪੂਰ ਜੀ, ਇਹ ਸਾਰੇ ਹੋਰ ਵੀ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ, ਆਪਣੇ ਪ੍ਰਵੀਨ ਬਾਂਸਲ ਜੀ ਦੇ ਪਿਤਾ ਜੀ ਉਹ ਵੀ ਇੱਥੇ ਆਏ ਨੇ। ਸੋ ਇਹ ਸਾਰੇ ਸ਼ੋਕ ਸੰਵੇਦਨਾ ਲੈ ਕੇ ਇਸ ਜਗ੍ਹਾ 'ਤੇ ਆਏ ਨੇ। ਕੌਂਸਲਰ ਸ਼੍ਰੀ ਦਲਜੀਤ ਸਿੰਘ ਜਲੰਧਰ ਤੋਂ ਸਪੈਸ਼ਲੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇਹ ਜਿਹੜੀ ਐਸੋਸੀਏਸ਼ਨ ਇਹਨਾਂ ਨੇ ਇੱਥੇ ਸਿਲਵਰ ਸਮਾਜ ਸੇਵਾ ਸ਼੍ਰੀ ਅਨਿਲ ਨਈਅਰ ਜੀ ਨੇ ਸ਼ੁਰੂ ਕੀਤੀ ਹੈ, ਇਸੇ ਤਰ੍ਹਾਂ ਦੀ ਇੱਕ ਸਮਾਜ ਸੇਵਾ ਸੁਸਾਇਟੀ ਜਲੰਧਰ ਦੇ ਵਿੱਚ ਵੀ ਸ਼ੁਰੂ ਕੀਤੀ ਹੈ। ਉਹ ਜਲੰਧਰ ਦੀ ਸੁਸਾਇਟੀ ਜਦੋਂ ਪੂਰੇ ਪੈਰਾਂ 'ਤੇ ਆ ਗਈ, ਫਿਰ ਅਨਿਲ ਜੀ ਨੇ ਉਹ ਸੁਸਾਇਟੀ ਉੱਥੇ ਆਪਣੇ ਦੂਸਰੇ ਮੈਂਬਰਸ ਨੂੰ ਸੌਂਪ ਕੇ ਇੱਥੇ ਆ ਕੇ ਸਿਲਵਰ ਸਮਾਜ ਸੇਵਾ ਸੁਸਾਇਟੀ ਸ਼ੁਰੂ ਕੀਤੀ। ਇਹ ਸਿਲਵਰ ਸਮਾਜ ਸੇਵਾ ਦੇ ਵਿੱਚ ਲਗਭਗ 60 ਲੜਕੀਆਂ ਦੀ ਐਜੂਕੇਸ਼ਨ ਦਾ ਜ਼ਿੰਮਾ ਇਹਨਾਂ ਨੇ ਲਿਆ। ਇਹਨਾਂ ਨੇ ਆਪਣੇ ਉਪਰਾਲੇ ਦੇ ਨਾਲ ਇਸ ਜਗ੍ਹਾ 'ਤੇ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਮੈਂਬਰ ਆਪਣੇ ਨਾਲ ਜੋੜੇ ਅਤੇ ਉਹਨਾਂ 60 ਲੜਕੀਆਂ ਨੂੰ 500-500 ਰੁਪਏ ਮਹੀਨਾ, ਕਦੀ 1000 ਰੁਪਏ ਮਹੀਨਾ ਦੇ ਕੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰਦੇ ਨੇ। ਸੋ ਇਸ ਤਰ੍ਹਾਂ ਦੇ ਸੰਸਕਾਰ ਪਰਿਵਾਰ ਤੋਂ ਹੀ ਮਿਲਦੇ ਨੇ, ਮਾਤਾ ਪਿਤਾ ਤੋਂ ਮਿਲਦੇ ਨੇ, ਭਰਾਵਾਂ ਦੇ ਸਹਿਯੋਗ ਨਾਲ ਮਿਲਦੇ ਨੇ। ਸੋ ਇਹ ਸਾਰੀ ਚੀਜ਼ ਆਪਣੇ ਅਨਿਲ ਨਈਅਰ ਜੀ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਕਿ ਕੁੱਟ ਕੁੱਟ ਕੇ ਭਰੀ ਹੋਈ ਹੈ। ਸੋ ਇਹ ਆਪਣੇ ਵਿੱਚ ਸ਼੍ਰੀ ਰਜੇਸ਼ ਗੁਪਤਾ ਜੀ ਜਿਹੜੇ ਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਟ੍ਰੇਡ ਸੈੱਲ ਲੁਧਿਆਣਾ ਦੇ ਨੇ, ਬੀਜੇਪੀ ਦੇ ਵੀ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੇ ਟ੍ਰੇਡ ਸੈੱਲ ਦੇ, ਸੋ ਉਹ ਵੀ ਸਾਡੇ ਵਿੱਚ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੁਣ ਮੈਂ ਸ਼ੋਕ ਸੰਦੇਸ਼
बहुत सारे शोक संदेश जिहड़े आए ने। सब तो पहला श्री विजय चोपड़ा जी पंजाब केसरी वाले, उन्होंने शोक संदेश भेजा है। भारतीय जनता पार्टी ट्रेड सैल लुधियाना श्री राजेश गुप्ता जी जिहड़े के जिला अध्यक्ष ने, उन्होंने शोक संदेश भेजा है। पंजाब केसरी तो श्री दिनेश सोनू जी जिहड़े के हर वेले इस सोसाइटी नूं भी बहुत सारा सहयोग दिंदे रहिंदे ने, उन्होंने भी शोक संदेश भेजा है। श्री प्रवीण बंसल जी भारतीय जनता पार्टी तो, उन्होंने भी शोक संदेश भेजा है। किसी खास रुझेवे करके वो इत्थे नहीं आ सके, उन्होंने पिता जी इत्थे आए ने। शॉल एंड टैक्सटाइल एसोसीएशन रजिस्टर्ड गोचपुरा लुधियाना, इन्हों तो भी शोक संदेश आया है। श्री रविंदर अरोड़ा जी जिहड़े के प्रधान ने बीजेपी के, सो उन्होंने भी शोक संदेश भेजा है। मोहित सिक्का जी, महेश शर्मा जी यूथ बीजेपी प्रेजिडेंट, रत्ना जी, विवेक टंडन जी और डिप्टी कपूर जी जिहड़े के डिस्ट्रिक्ट वाइस प्रेजिडेंट ने लुधियाना टेंट एसोसीएशन के, उन्होंने भी शोक संदेश आए ने। बाल गोपाल गौशाला दर्शन लाल लड्डू जी जिहड़े के सिल्वर समाज सेवा के भी बहुत बड़े सहयोगी ने, उन्होंने भी शोक संदेश भेजा है। शॉल टैक्सटाइल एसोसीएशन मोजपुरा बाजार, इन्हों का भी शोक संदेश आया है। मोजपुरा होलसेल शॉल एसोसीएशन तो एक होर संदेश आया है। सिल्वर समाज सेवा सोसाइटी जड़ी कि इन्होंने ही बनाई हुई है, उन्होंने मैंबर्स ने शोक संदेश भेजा है। सुप्रीम शॉल कंबल हौजरी एसोसीएशन मोजपुरा बाजार बागवाली गली, इन्होंने भी शोक संदेश भेजा है। रतन लाल गर्ग जी जिहड़े के प्रेजिडेंट ने भोजपुरा सुप्रीम शॉल एसोसीएशन के, उन्होंने भी शोक संदेश भेजा है। श्री सनातन धर्म महोत्सव कमेटी लुधियाना प्रधान श्री कुलभूषण मलिक जी और सारे कमेटी के मैंबर, उन्होंने भी शोक संदेश भेजा। साई मंदिर न्यू अमरनगर भौरा पिंड पंडित ए सी मिश्रा जी, उन्हों का भी शोक संदेश है। सत्यनारायण मंदिर लक्ष्मी नगर प्रधान कुलवंत सिंह जी, सर्व धर्म मंदिर तेज मोहन नगर प्रधान कमलेश बब्बर जी, शिव मंदिर तेज मोहन नगर प्रधान रमेश निश्चल जी, इन्हों का भी शोक संदेश आया है। भोजपुरा बाजार, उन्होंने वालों भी शोक संदेश आया है। ये सारे शोक संदेश जिन्हें आए ने, असं उन्हों का बहुत बहुत धन्यवाद करते हैं कि वो इस दुख के मौके पर इस परिवार के नाल खड़े ने। सो साडा जीवन है इस दे विच, अज असी इस शोक सभा दे विच श्रद्धांजलि देने लई आए हाँ। असल दे समा है विचारण का समा है, तां कोई गलत नहीं होएगा। जिस तरह साडे माता जी की आत्मा इस दुनिया नूं छड्ड के परमात्मा कोल पहुँच गई है, हुण उन्हां दे कर्म याद कीते जाणगे। उन्होंने की सानू नसीहतां दित्तियां, की इस दुनिया के विच कर्म किए हैं, वो सदा याद रखे जाएंगे। दूसरी गल, जो भी असी कर्म करते हाँ, ये खास चीज़ सुनने वाली है, जो भी असी कर्म करते हाँ, ये तुसी कर्म किए जो तुसी कमाई की सब नाल जाएगी। किस तरह नाल जाएगी, जरा सोच के देखो। सानू भगवान ने एक कर्म याद कर देखो, कोई चीज कपड़े की होगी आत्मा का शरीर के नाल कोई मतलब नहीं है। शरीर अलग चीज है, वो की रहना आत्मा ने करण के चलते चले उजागर कर लगे उन्होंने बच्चिया पता नहीं
किस कारण उस परमात्मा ने उन्होंने फादर को ले लिया और उन्होंने पढ़ाई भी रुक जानी सी। वो ऐसा कारण इन्होंने नहीं सर ने शुरू किया जिसके नाल और बल्कि मैं तो कहेंगे सारे इस सोसाइटी में जुड़ो तो बहुत ही अच्छी गल है। नेक काम होना चाहिए, सब लोग नेक काम करने चाहिए जेडे कि साथ नाल जाने हमने हमने अपने सिक्का साहब अविनाश सिक्का जी प्रधान मां भगवती कला परमेश्वर डी चाकू चौंक सिविल लाइन प्यारा जलंधर शहर उत्तों शोक संदेश आया है। बहुत बहुत धन्यवाद। हूँ मैं बेनती करा श्री राजेश गुप्ता जी को के आए हुए मेहमान इस तो पहला मैं श्री दर्शन लाल लड्डू जी बहुत नेक काम करते हैं। इन्होंने एक गौशाला बनाई है, उस गौशाला के लिए नैयर साहब ने 11,000 रुपया दिता है। जे उन्होंने कोई हो तो आके ले जा लड्डू जी का है ये बैठे उन्होंने कोई हो शमशान घाट अमन नगर इसके लिए एक ते गुरुद्वारा निर्मोलक हीरा अमन नगर उन्होंने आया है तो अमन नगर तो कुछ बोल तो लै जा शिव मंदिर अमन नगर उन्होंने एक हज़ार रुपया है। तो ये शॉपकीपर एसोसीएशन लुधियाना तो होलसेल सॉल एसोसीएशन भोजपुरा बाजार तो नैयर समाज सेवा सोसाइटी प्रीत नगर रेलवे कॉलोनी जलंधर उन्होंने वालों भी है उन्होंने भी बहुत बहुत धन्यवाद। तो 11,000 रुपया लुधियाने की सिल्वर समाज सेवा सोसाइटी के लिए भी नैयर साहब ने दिता है। बहुत बहुत धन्यवाद। हूँ श्री राजेश गुप्ता जी स्वामी जी आदरणीय पंडित जी सामने बैठे मेरे वीरो ते भैनों अज साढ़े वीर अनिल नैयर जी दे माता जी चांद रानी जी जिन्हां दे अचानक साढ़े विचों चले जाण ते अज शोक सभा का आयोजन किया गया है। और ये देख के एक गल बड़ी चंगी तरह सिद्ध होती है कि एड्डी भारी बरसात बाहर होती हो लगातार मीह पैंदा पिया हो उस मीह दे विच भी ये हाल लगभग फुल हो जाए तो ये मैं समझदा कि साडे माता जी दे जो इन्हां नूं संस्कार दित्ते सी नैयर परिवार नूं उन्हां संस्कारां दे नाल इन्हां ने अपने व्यापार दे विच अपने व्यवहार दे विच ऐसी लियाकत लांदी कि लोगों के नाल ऐसा भाईचारा कायम किया कि अज एडे मीह दे विच भी लोग हुम के इन्हां दे नाल प्यार दे नाल बन्ने हुए सारे लोग इत्थे पहुँचे ने। मैं जिथे सारिआं दा धन्नवाद करदा कि एडे भारी प्रसाद दे विच और शहर दे विच दो तीन जगह दे उत्ते होर भी अज बहुत वड्डे लोग साडे विचों गए ने उत्थे भी काफ़ी लोग गए ने उन्हां दे जाण दे बावजूद भी इत्थे सारे लोग सारे लीडर साहिबान पहुँचे ने चाहे वह भारतीय जनता पार्टी तो हो चाहे अकाली दल के हो चाहे आम पार्टी तो हो चाहे साडे व्यापारी भरा सारे इत्थे पहुँचे। तो मैं नैयर परिवार वालों सारे दे इत्थे आने ते बहुत बहुत धन्यवाद करदा और सारे नूं एक बेनती भी करदा नैयर साहब की एक स्पैशल बेनती है कि लंगर बनया होया है चाह प्रसाद भी बनया होया कि सारे वीर ने लंगर प्रसाद लैके जाना है चाह का लंगर छक के जाना अज जो नैयर परिवार के उपर एक विपता आई है एक बहुत वड्डी मैं समझदा इस तो वड्डा कोई दुख हो नहीं सकता कि घर चो माता जी चले जाए। मैं थोड़े शब्दों में ही
एक शायर की कही हुई गल कह के अपनी बाणी में विराम दूंगा, कि समा बहुत हो गया है। कि शायर ने कहा है कि जीती हुई बाजी लोको उदो हार जाती है, जीती हुई बाजी लोको उदो हार जाती है, वो मर जाते जिंदी मां मर जाती। दोस्तों जो मैं समझदा कि मां तो बगैर जो दर्द साड़ी मां साड़ा समझदी है कोई दूजा यह जा इंसान दुनिया दे विच नहीं हो सकता, जिहड़ा मां वर्गा दर्द कोई साढ़े दर्द नूं समझ सके, साड़ी देखभाल कर सके। ते मैं परमात्मा दे मूहरे बेनती करांगा कि साड़ी माता चांद राणी जी नूं भगवान अपने चरणां विच स्थान देण, और नैयर परिवार दे उत्ते जो ये भाणा वापरिया है इन्हां नूं ये भाणे नूं सहन शक्ति देण, कि किसी तरह भी ये इस नूं सहन कर सकते हो। परमात्मा ऐसा इन्हां नूं बल देवे, ऐसी शक्ति देवे जिहदे नाल ये मुड़ अपने सारे कामां नूं रूटीन च कर सके। धन्यवाद, जय हिंद। एक होर शोक सं व्यापार सैल डिस्ट्रिक्ट कांग्रेस कमेटी तो आया है, इन्हों का भी बहुत बहुत धन्यवाद। हम पंडित जी को बेनती करांगे कि रसम पगड़ी शुरू करन, इस दे विच जिन्हों का बनता है सिर्फ वो ही शगन देन, बाकियों को बेनती है कि कोई भी होर शगन ना देन। लंगर पानी तैयार है, अपना लंगर वगैरह छक। श्रीमन नारायण नारायण नारायण, भजमन नारायण नारायण नारायण। भगवान के हृदय की हे गरुड़, प्राणी के मरने के उपरांत जो इसके पुत्र का कर्तव्य है, महात्म के 16 अध्याय में इसका सार मैंने आपके सामने कहा। यह परलोक के लिए किया गया कर्म पितरों को मुक्ति देने वाला है, करने वाले पुत्र को मन चाह फल देने वाला है। जो नासिक इंसान कर्म को नहीं करते उनके घर का जल भी नहीं पीना चाहिए, ना उस घर की ओर देवता देखते हैं ना पितर देखते हैं। पितरों के प्रकोप से प्राणी दरिद्र अवस्था को प्राप्त करता है। प्रेत की क्रिया नहीं कराने वाला चाहे ब्राह्मण है चाहे क्षत्रिय है, किसी भी जाति से क्यों नहीं उसको चंडाल के समान जानना चाहिए। ये पुराण बड़ा पवित्र है, पापों का नाश करने वाला है, सुनने वाले की सभी मनोकामनाओं को पूर्ण करता है। ब्राह्मण सुनता है विद्या की प्राप्ति होती है, क्षत्रिय सुनता है पृथ्वी की प्राप्ति होती है, वैश्य धनवान होता है, शूद्र पापों से मुक्त होता है। इसलिए इस पुराण में लिखे गए प्राणी सभी दानों को करे। भगवान कहने लगे निसंदेह ब्राह्मण की पूजा के अंदर ही मेरी पूजा है, कहने में कोई भी संदेह नहीं। तो ये महात्म मुझे माता जी कहने में तो नए परिवार की ओर से रखवाया गया था, निर्विघ्न रूप से भी समाप्ति होती है। भगवान से ही प्रार्थना करते हैं कि उन्हें अपने चरणों के अंदर स्थान दें। आइए अब अनिल जी से कहूँगा कि पुराण का पूजन पुराण का सम्मान करें। अनिल जी इदं पूर्णात् पूर्णं गच्छति पूर्णस्य पूर्णमादाय पूर्णमेवावशिष्यति। ॐ शान्तिः शान्तिः शान्तिः। पगड़ी क्यों लगाई इसी से आगे संकट दास जनों के अब गुण क्षण में दूर करे। ओम जय जगदीश हरे। जो मन का स्वामी दुख बिन से मन का सुख संपत्ति घर आवे, सुख संपत्ति घर आवे कष्ट मिटे तन का। ओम जय जगदीश हरे। स्वामी शरण पड़ो मैं किस के, तुम बिन और ना दूजा, प्रभु बिन और
जगदीश हरे तुम पूरण परमात्मा शांति शांति रेव शांति।